ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ, ਸੋ ਕੁਐਸਚਨ ਹੈਗਾ, ਜ਼ਿੰਕ ਰੋਡ ਇਜ਼ ਡਿਪਡ ਇਨ 0.1 ਮੋਲਰ ਸੋਲੂਸ਼ਨ ਆਫ ਜ਼ਿੰਕ ਸਲਫੇਟ, ਦ ਸਾਲਟ ਇਜ਼ 95% ਡਿਸੋਸ਼ੀਏਟਿਡ ਐਟ ਦਿਸ ਡਾਇਲੂਸ਼ਨ ਐਟ 298 ਕੈਲਵਿਨ, ਕੈਲਕੂਲੇਟ ਦ ਇਲੈਕਟ੍ਰੋਡ ਪੋਟੈਂਸ਼ੀਅਲ ਗਿਵਨ ਦੈਟ E naught for zinc 2 positive to zinc is minus 0.76 volt. The upon is question de which kitta ki zinc road nu dip kitta vyaga 0.1 molar solution of zinc sulfate te jada salt hai aur 95% dissociate ho rya, te apa electrode potential find karni hai. Electrode potential matlab E cell find karna and E naught apan nu de rakhi hai. Ta apa reaction dekhange kedi ho rhi hai. Zinc 2 positive do electron accept kar rya and zinc solid de vich convert ho rya, ta itthe n di value kinni hoegi, 2 hoegi, because do electron ki ho rahe ne, transfer ho rahe ne. Now Nernst equation de according ki hai, E cell is equals to E naught cell minus 0.059 over n log of zinc over zinc 2 positive. ਤਾਂ ਆਪਾਂ ਨੂੰ ਜ਼ਿੰਕ ਸੋਲਿਡ ਦਿੱਤਾ ਹੋਇਆ, ਤਾਂ ਇਹ ਕਿੰਨਾ ਹੋ ਜਾਏਗਾ, 0 ਹੋ ਜਾਏਗਾ, ਐਂਡ ਜ਼ਿੰਕ 2 ਪੋਜ਼ਿਟਿਵ 95% ਡਿਸੋਸ਼ੀਏਟ ਹੋ ਰਿਹਾ। ਤਾਂ ਇਸ ਦੀ ਆਪਾਂ ਕਿੱਦਾਂ ਫਾਈਂਡ ਕਰ ਸਕਦੇ ਹਾਂ ਕਿ ਜ਼ਿੰਕ 2 ਪੋਜ਼ਿਟਿਵ ਦੀ ਕੰਸੈਂਟ੍ਰੇਸ਼ਨ ਕਿੱਦਾਂ ਹੋਏਗੀ? ਤਾਂ ਜੋ ਸੋਲਿਊਸ਼ਨ ਹੈ ਉਹ ਆਪਣਾ ਕਿੰਨੇ ਮੋਲਰ ਹੈ, 0.1 ਮੋਲਰ ਹੈ, ਐਂਡ 0.1 ਕਿੰਨੇ ਡਿਸੋਸ਼ੀਏਟ ਹੋ ਰਿਹਾ, ਕਿੰਨੇ ਪਰਸੈਂਟ, 95/100 ਲੈ ਲਿਆ। ਤਾਂ ਇਸ ਨੂੰ ਸੋਲਵ ਕਰਕੇ ਆਪਣੇ ਕੋਲ ਕਿੰਨੀ ਆ ਗਈ ਕੰਸੈਂਟ੍ਰੇਸ਼ਨ, 0.095 ਮੋਲਰ ਆ ਗਈ ਜ਼ਿੰਕ 2 ਪੋਜ਼ਿਟਿਵ ਦੀ ਕੰਸੈਂਟ੍ਰੇਸ਼ਨ। ਤਾਂ ਆਪਾਂ ਇੱਥੇ ਇਹ ਵੈਲਿਊ ਪੁੱਟ ਕਰ ਦੇਵਾਂਗੇ, ਐਨ ਦੀ ਵੈਲਿਊ ਆਪਾਂ ਨੂੰ 2 ਦਿੱਤੀ ਹੋਈ ਹੈ, ਈ ਨੋਟ ਆਪਣੇ ਕੋਲ ਗਿਵਨ ਹੈ -0.76, ਤੇ ਆਪਾਂ ਵੈਲਿਊ ਪੁੱਟ ਕਰ ਦਿੱਤੀ -0.059 ਓਵਰ 2 ਲੋਗ ਆਫ 1 ਓਵਰ 0.095। ਤਾਂ ਇਹ ਆ ਜਾਏਗਾ -0.76 -0.0295, ਐਂਡ ਲੋਗ ਆ ਜਾਏਗਾ ਆਪਣਾ ਸੋਲਵ ਕਰਕੇ 1.0169। ਤਾਂ ਜਦ ਆਪਾਂ ਇਸ ਨੂੰ ਸੋਲਵ ਕਰਾਂਗੇ, ਇਹ ਕੀ ਬਣ ਜਾਏਗਾ, -0.76 -0.03, ਤੇ ਜਦ ਆਪਾਂ ਇਸ ਨੂੰ ਸੋਲਵ ਕਰਾਂਗੇ ਇਹ ਬਣ ਜਾਏਗਾ -0.79 ਵੋਲਟ। ਤਾਂ ਇਸ ਤਰੀਕੇ ਨਾਲ ਆਪਾਂ ਈ ਸੈਲ ਫਾਈਂਡ ਕਰ ਸਕਦੇ ਹਾਂ। ਥੈਂਕ ਯੂ।